ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਤਿੰਦਰ ਸਿੰਘ ਅਤੇ ਮੈਂ ਪੱਟੀ ਸ਼ਹਿਰ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਵਾਂ। ਵੈਸੇ ਮੈਨੂੰ ਗੋਰਾ ਸਟਾਰ ਜਾਂ ਗੋਰਾ ਸਰਪੰਚ ਦੇ ਨਾਂ ਦੇ ਨਾਲ ਵੀ ਅੱਜ ਤੋਂ 2 ਜਾਂ 3 ਸਾਲ ਪਹਿਲਾਂ ਜਾਣਿਆ ਜਾਂਦਾ ਸੀ। ਇੱਕ ਕੱਪ ਭੱਠੇ 'ਤੇ ਕੰਮ ਕਰਨ ਵਾਲਾ ਬੰਦਾ ਗੋਰਾ ਸਟਾਰ ਜਾਂ ਗੋਰਾ ਸਰਪੰਚ, ਇਹ ਸੁਣਨ ਵਿੱਚ ਸਾਰਾ ਕੁਝ ਨਾਮੁਮਕਿਨ ਲੱਗਦਾ ਵਾ ਕਿ ਇੱਕ ਬੰਦਾ ਦਿਹਾੜੀਦਾਰ ਬੰਦਾ ਜਿਹੜਾ ਦਿਨ ਰਾਤ ਕੰਮ ਕਰਨਾ ਭੱਠੇ ਦੇ ਉੱਤੇ, ਤੜਕੇ ਕੰਮ 'ਤੇ ਜਾਣਾ, ਸ਼ਾਮ ਨੂੰ ਆਪਣਾ ਚਿਹਰਾ ਨਾਲ ਸਿਆਣਾ ਰਹਿਣਾ, ਉਹ ਬੰਦਾ ਸਟਾਰ ਕਿਵੇਂ? ਸੋ ਸਾਰੀ ਮੈਂ ਆਪਣੀ ਜ਼ਿੰਦਗੀ ਦੇ ਬਾਰੇ ਸਾਰਿਆਂ ਨੂੰ ਤੁਹਾਨੂੰ ਅੱਜ ਇਸ ਚੈਨਲ ਦੇ ਰਾਹੀਂ ਦੱਸਣ ਜਾ ਰਿਹਾ ਵਾਂ। ਗੱਲ ਕਰਦੇ ਹਾਂ ਅੱਜ ਤੋਂ 2 ਜਾਂ 3 ਸਾਲ ਪਹਿਲਾਂ ਦੀ। ਮੈਨੂੰ ਸ਼ੌਂਕ ਤਾਂ ਬਚਪਨ ਤੋਂ ਸੀ ਇੱਕ ਸਟਾਰ ਬਣਨ ਦਾ ਜਾਂ ਐਕਟਰ ਬਣਨ ਦਾ। ਸੋ ਮੈਂ ਆਪਣੇ ਘਰ ਦੀਆਂ ਮਜਬੂਰੀਆਂ ਜਾਂ ਇੱਦਾਂ ਦੇ ਹਾਲਾਤ ਦੇਖ ਕੇ ਆਪਣੇ ਉਹ ਚਾਅ ਸਾਰੇ ਅਰਮਾਨ ਦੱਬ ਕੇ ਬੈਠ ਦਿੰਦਾ ਸੀ। ਮੈਂ ਆਪਣੇ ਦੋਸਤ ਜਾਂ ਇੱਦਾਂ ਲਾਗੇ ਅੰਡ ਰਿਸ਼ਤੇਦਾਰਾਂ ਅੰਡ ਗੁਆਂਢੀਆਂ ਕੋਲ ਮੋਬਾਈਲ ਦੇ ਵਿੱਚ ਦੇਖਣੀਆਂ, ਟਿਕਟੋਕ ਨਾਂ ਦਾ ਐਪ ਆਇਆ ਸੀ 2 ਸਾਲ ਪਹਿਲਾਂ, ਮੈਂ ਦੇਖਣਾ ਵੀਡੀਓ ਦੇਖਣੀ ਉਹਦੇ ਵਿੱਚ। ਅਤੇ ਮੈਂ ਮੇਰੇ ਦਿਲ ਦੇ ਵਿੱਚ ਸ਼ੌਂਕ ਹੈ ਕਿ ਮੈਂ ਵੀ ਕਿਉਂ, ਜੇ ਇਹ ਲੋਕ ਕਰ ਸਕਦੇ ਇੱਦਾਂ ਵਾਇਰਲ ਹੋ ਸਕਦੇ ਇਸ 'ਚ ਐਪ ਦੇ ਜ਼ਰੀਏ, ਤਾਂ ਮੈਂ ਕਿਉਂ ਨਹੀਂ ਹੋ ਸਕਦਾ। ਮੇਰੇ ਦਿਲ ਦੇ ਵਿੱਚ ਸ਼ੌਂਕ ਆਇਆ, ਦਿਨ ਰਾਤ ਚਲੋ ਉੱਦਾਂ ਹੀ ਕੰਮ ਕੀਤਾ, ਦਿਨ ਰਾਤ ਮੈਂ ਦਿਨ ਰਾਤ ਮਿਹਨਤ ਕੀਤੀ, ਇੱਕ ਫੋਨ ਲੈ ਲਿਆ ਮੈਂ, ਤਾਂ ਇਹ ਨਹੀਂ ਕਿ ਫੋਨ ਲੈ ਲਿਆ, ਵੀਡੀਓ ਬਣਾਈ ਰਾਤ ਦਿਨੇ, ਅਪਲੋਡ ਕੀਤੀ ਵੀਡੀਓ, ਮੈਂ ਵਾਇਰਲ ਇੱਦਾਂ ਦਾ। ਪਰ ਮੇਰੇ ਨਾਲ ਕੁਝ ਨਹੀਂ ਹੋਇਆ, ਮੈਂ ਫਿਰ ਉੱਦਾਂ ਹੀ ਜਿੱਦਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ, ਇੱਦਾਂ ਮੈਂ ਮਿਹਨਤ ਕੀਤੀ, ਦਿਨ ਰਾਤ ਵੀਡੀਓ ਪਾਈਆਂ, ਮੈਂ ਵਾਇਰਲ। ਇੱਦਾਂ ਦਾ ਕੁਝ ਵੀ ਨਹੀਂ ਹੋਇਆ ਮੇਰੇ ਨਾਲ ਵੀ ਮੈਂ ਵਾਇਰਲ ਹੋ ਗਿਆ 1-2 ਵੀਡੀਓ ਦੇ ਨਾਲ, ਕੁਝ ਨਹੀਂ ਹੋਇਆ। ਫਿਰ ਮੈਂ ਦਿਲ ਦੇ ਵਿੱਚ ਆਇਆ ਕਿ ਨਹੀਂ, ਮੇਰੇ ਤੋਂ ਇਹ ਕੁਝ ਨਹੀਂ ਹੋ ਸਕਦਾ, ਮੈਂ ਨਹੀਂ ਸਟਾਰ ਬਣ ਸਕਦਾ, ਨਾ ਤਾਂ ਮੇਰੇ ਕੋਲ ਪੈਸੇ ਹੀ, ਜਾਂ ਮੈਂ ਕਿਸੇ ਗਾਣੇ ਜਾਂ ਕਿਸੇ ਫਿਲਮ ਦੇ ਵਿੱਚ ਐਕਟਿੰਗ ਕਰ ਲੈਂਦਾ, ਜਾਂ ਮੈਂ ਕਿਸੇ ਡਰਾਮੇ ਦੇ ਵਿੱਚ ਆ ਜਾਂਦਾ, ਇੱਦਾਂ ਦਾ ਮੇਰੇ ਕੋਲ ਵੀ ਮੇਰੇ ਦਿਲ ਦੇ ਵਿੱਚ ਸਾਰਾ ਚਾਅ ਮੈਂ ਆਪਣੇ ਦੱਬ ਕੇ ਬੈਠ ਜਾਂਦਾ ਸੀ। ਫਿਰ ਮੈਂ ਇੱਦਾਂ ਹੀ ਰਾਤ ਬੈਠਾ ਸੋਚੀ ਗਿਆ ਕਿ ਮੇਰੇ ਸਭ ਕੁਝ, ਮੈਂ ਨਹੀਂ ਕੁਝ ਨਹੀਂ ਬਣ ਸਕਦਾ। ਗਾਣੇ ਫਿਰ ਮੈਂ ਸੋਚਿਆ ਕਿ ਚਲੋ ਕਿਉਂ ਨਾ ਮਾਡਲਿੰਗ ਦੇ ਉੱਤੇ ਵੀਡੀਓ ਬਣਾਈ ਜਾਵੇ। ਮੈਂ ਰਾਤ ਬੈਠਾ ਰਿਹਾ, ਦਿਨੇ ਮੈਂ ਮਾਡਲਿੰਗ ਦੇ ਉੱਤੇ ਕੰਮ 'ਤੇ ਗਿਆ ਸਵੇਰੇ, ਸ਼ਾਮੀ ਵਾਪਸ ਘਰ ਆਇਆ, ਮਾਡਲਿੰਗ ਦੇ ਉੱਤੇ ਵੀਡੀਓ ਬਣਾਈ, ਬਟ ਉਹ ਮੇਰੀ ਵੀਡੀਓ ਕੋਈ ਆਵਾਜ਼ ਚੱਲੀ ਨਹੀਂ। ਫਿਰ ਮੈਂ ਸੋਚਿਆ ਕਿ ਨਹੀਂ ਹੋਣਾ, ਇੱਦਾਂ ਹੀ ਰਾਤ ਬੈਠਾ ਸੋਚਦਾ, ਅਤੇ ਇੱਕ ਗਾਣਾ ਪੁਰਾਣਾ ਚੱਲ ਰਿਹਾ ਸੀ, ਮੇਰੇ ਡੈਡੀ ਗਾਣਾ ਸੁਣ ਰਿਹਾ ਸੀ, ਰਮਤੇ ਦਾ, ਰਮਤਾ ਦਿੱਲੀ ਚੱਲਿਆ, ਇਹ ਗਾਣਾ ਸੀ ਰਮਤਾ ਦਿੱਲੀ ਚੱਲਿਆ। ਹਾਂ, ਉਹ ਗਾਣਾ ਚੱਲ ਰਿਹਾ ਸੀ, ਮੇਰੇ ਦਿਮਾਗ 'ਚ ਆਈਡੀਆ ਆਇਆ, ਇੱਕ ਕਨਸੈਪਟ ਆਇਆ ਕਿ ਹਾਂ ਕਿਉਂ ਨਾ ਇਸ ਗਾਣੇ ਦੇ ਉੱਤੇ ਵੀਡੀਓ ਬਣਾਈ ਜਾਵੇ, ਕਿਉਂਕਿ ਮੈਂ ਲਗਭਗ ਦੇਖਦਾ ਸੀ ਇੱਦਾਂ ਮੋਬਾਈਲ ਦੇ ਉੱਤੇ, ਮੈਂ ਫੋਨ ਲੈ ਲਿਆ ਸੀ, ਮੈਂ ਦੇਖਦਾ ਸੀ ਕਿ ਇੱਦਾਂ ਦੀ ਵੀਡੀਓ ਕੋਈ ਨਹੀਂ ਆਉਂਦੀ ਪੁਰਾਣੇ ਸਟਾਈਲ ਦੇ ਵਿੱਚ, ਜਾਂ ਇੱਦਾਂ ਦੀ ਵੀਡੀਓ ਕੋਈ ਨਹੀਂ ਹੈਗੀ, ਨਾ ਸੌਂਗ ਹੈਗਾ ਇੱਦਾਂ ਦਾ ਕੋਈ ਵੀ। ਮੈਂ ਦੇਖਿਆ, ਚਲੋ ਮੈਂ ਸੋਚਿਆ ਦਿਮਾਗ ਦੇ ਵਿੱਚ ਕਿ ਚਲੋ ਕਿਉਂ ਨਾ ਪੁਰਾਣੇ ਗਾਣਿਆਂ ਦੇ ਉੱਤੇ ਵੀਡੀਓ ਬਣਾਈ ਜਾਵੇ ਪੁਰਾਣੇ ਟੈਪ ਦੇ ਉੱਤੇ। ਮੈਂ ਦਿਨੇ ਸਮਾਨ ਇਕੱਠਾ ਕੀਤਾ, ਪੈਂਟਾਂ, ਚਾਚੇ ਦੀ ਪੈਂਟ ਲਈ, ਮੈਂ ਤਾਏ ਦੀ ਪੈਂਟ ਲਈ, ਮੈਂ ਸਮਾਨ ਇਕੱਠਾ ਕਰਕੇ ਕਾਫੀ ਮੈਂ ਤੇ ਕੰਮ ਤੇ ਚਲ ਗਿਆ ਸੀ। ਕੰਮ ਤੋਂ ਆਇਆ ਵਾਪਸ, ਮੈਂ ਕੱਪੜੇ ਪਾਏ, ਮੈਂ ਵੀਡੀਓ ਬਣਾਈ, ਪਹਿਲੀ ਵੀਡੀਓ ਬਣਾਈ ਮੈਂ, ਦੂਰ ਦੂਰ ਦੇ ਪਿੰਡਾਂ ਵਿੱਚ ਗੱਲ ਇੱਦਾਂ ਹਿੱਲੀ, ਦੇਖੋ ਲੋਕੋ ਚੱਲਿਆ ਰਮਤਾ ਦਿੱਲੀ, ਇਹ ਗਾਣੇ ਦੇ ਉੱਤੇ ਵੀਡੀਓ ਬਣਾਈ ਮੈਂ, ਤੇ ਮੇਰੀ ਕਾਫੀ ਵੀਡੀਓ ਵਾਇਰਲ ਹੋਈ। ਉਹ ਮੇਰੀ ਲਗਭਗ ਉਸ ਵੀਡੀਓ ਨੂੰ ਮੇਰੀ ਨੂੰ 1.3 million ਲਾਈਕ ਗਿਆ ਸੀ ਉਸ ਵੀਡੀਓ ਨੂੰ। ਉਹ ਪਹਿਲੀ ਵੀਡੀਓ ਸੀ ਮੇਰੀ ਜਿਹੜੀ ਵਾਇਰਲ ਹੋਈ, ਸਭ ਨੂੰ ਜ਼ਿਆਦਾ ਵੀਡੀਓ ਵਾਇਰਲ ਹੋਈ, ਅਤੇ ਉਸ ਨੂੰ ਵਿਊ ਗਿਆ ਸੀ 7.6 million ਉਸ ਨੂੰ ਵਿਊ ਗਿਆ ਸੀ। ਮੈਨੂੰ ਬਹੁਤ ਖੁਸ਼ੀ ਹੋਈ, ਮੇਰੇ ਦਿਲ ਦੇ ਵਿੱਚ ਬਹੁਤ ਚਾਅ ਆਏ, ਹਾਂ ਵੀ ਮੈਂ ਵਾਇਰਲ ਹੋ ਗਿਆ, ਫੇਮਸ, ਮੈਨੂੰ ਫੋਨ ਆਉਣੇ। ਕਈ ਕੁਝ ਲੋਕ ਮਜ਼ਾਕ ਵੀ ਉਡਾਉਂਦੇ ਸੀ ਇਸ ਗੱਲ ਦਾ ਕਿ ਹਾਂ ਤੂੰ ਵੀ ਖੁੱਲ੍ਹੇ ਕੱਪੜੇ ਪਾਉਂਦਾ ਵਾ ਜਾਂ ਇੱਦਾਂ ਦਾ, ਮੈਨੂੰ ਮਜ਼ਾਕ ਵੀ ਉਡਾਉਂਦੇ ਸੀ, ਬੇਇੱਜ਼ਤੀ ਵੀ ਕਰਦੇ ਸੀ, ਹੱਸਦੇ ਵੀ ਸੀ, ਪਰ ਮੈਨੂੰ ਬਹੁਤ ਲੋਕ ਸਪੋਰਟ ਕਰਦੇ ਕਿ ਹਾਂ ਤੂੰ ਬਹੁਤ ਵਧੀਆ ਵਾ ਜਾਂ ਪੁਰਾਣਾ ਸਟਾਈਲ ਤੂੰ ਲਿਆਂਦਾ ਵਾ, ਵੀ ਮੈਨੂੰ ਫੋਨ ਆਉਣੇ ਵੀ ਜੇ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਜਾਂ ਤੂੰ ਵੀ ਕਿਸੇ ਪੁਰਾਣੇ ਸਮਾਨ ਦੀ ਟੇਚੀ ਵਗੈਰਾ, ਰੇਡੀਓ ਵਗੈਰਾ ਦੀ ਤੈਨੂੰ ਜ਼ਰੂਰਤ ਹੋਵੇ, ਅਤੇ ਸਾਨੂੰ ਵੀ ਕੰਟੈਕਟ ਦਿੰਦੇ, ਮੈਨੂੰ ਮੈਸੇਜ ਕਰਦੇ ਸੀ ਵੀ ਸਾਨੂੰ ਫੋਨ ਕਰੀ। ਫਿਰ ਮੈਨੂੰ ਕਾਫੀ ਲੋਕਾਂ ਨੇ ਮੈਸੇਜ ਕਰਨੇ, ਕਮੈਂਟ ਕਰਨੇ ਕਿ ਸਰ ਤੁਹਾਨੂੰ ਮਿਲਣਾ ਸੀ, ਵੀ ਤੁਹਾਨੂੰ ਕਿੱਥੇ ਮਿਲੀਏ। ਇੱਦਾਂ ਹੀ ਮੈਂ ਵੀਡੀਓ ਬਣਾਉਂਦਾ ਰਿਹਾ, ਮੈਨੂੰ ਬਹੁਤ ਲੋਕਾਂ ਨੇ ਹੌਸਲਾ ਦਿੱਤਾ। ਹਾਂ, ਮੇਰੇ ਫੈਮਿਲੀ ਵਾਲੇ ਵੀ ਕਹਿੰਦੇ ਸੀ ਜਦੋਂ ਮੈਂ ਪਹਿਲਾਂ ਵੀਡੀਓ ਬਣਾਉਂਦਾ ਸੀ ਵੀ ਤੂੰ ਕਿਸ ਪੰਗੇ 'ਚ ਪਿਆ ਵਾਂ, ਕੰਮ ਕਰ, ਵੀ ਇੱਦਾਂ ਦਾ ਆਪਣੇ ਵੀ ਆਪਣੇ ਕੋਲ ਨਹੀਂ ਇੱਦਾਂ ਹੋਇਆ ਜਾਣਾ, ਵੀ ਇਹ ਵੱਡੇ ਲੋਕਾਂ ਦੇ ਕੰਮ ਆ ਇੱਦਾਂ ਵਾਇਰਲ ਹੋਣਾ ਜਾਂ ਜਿੱਦਾਂ ਵੀ ਆ। ਸੋ ਜਦੋਂ ਮੇਰੇ ਆਪਣੇ ਘਰਦਿਆਂ ਨੇ, ਮੈਨੂੰ ਬਹੁਤ ਖੁਸ਼ੀ ਹੋਈ ਮੇਰੀ ਵੀਡੀਓ ਵਾਇਰਲ, ਮੈਂ ਘਰਦਿਆਂ ਨੂੰ ਵਿਖਾਈ ਵੀ ਇੱਦਾਂ ਮੇਰੀ ਆਹ ਵੀਡੀਓ ਵਾਇਰਲ ਹੋਈ ਆ, ਮੈਨੂੰ ਬਹੁਤ ਲੋਕਾਂ ਦੇ ਫੋਨ ਆ ਰਹੇ ਆ ਜਾਂ ਯੇ ਵੋ। ਫਿਰ ਮੈਨੂੰ ਘਰਦਿਆਂ ਨੇ ਵੀ ਸਪੋਰਟ ਕੀਤੀ ਕਿ ਹਾਂ ਤੂੰ ਚੱਲ ਬਣਾ ਵੀਡੀਓ, ਵੀ ਮੈਨੂੰ ਕਾਫੀ ਟਾਈਮ ਮਿਲਣਾ ਪਿਆ ਵੀ ਵੀਡੀਓ ਬਣਾਉਣ ਲਈ, ਮੈਨੂੰ ਉਹ ਵੀ ਟਾਈਮ ਦੇਣ ਲੱਗ ਪਿਆ ਵੀ ਚੱਲ ਟਾਈਮ ਨਾਲ ਮੈਨੂੰ ਕੰਮ 'ਤੇ ਜਾਣਾ, ਮੈਨੂੰ ਟਾਈਮ ਨਾਲ ਘੱਲ ਦੇਣਾ, ਚੱਲ ਤੂੰ ਉਹਨੀ ਵੀਡੀਓ ਬਣਾ ਲਾ, ਅਤੇ ਜੇ ਤੈਨੂੰ ਸ਼ੌਂਕ ਆ ਵੀਡੀਓ ਵਗੈਰਾ ਬਣਾਉਣ ਦਾ, ਤਾਂ ਮੈਂ ਵੀਡੀਓ ਬਣਾਈਆਂ, ਬਹੁਤ ਵੀਡੀਓ ਮੇਰੀਆਂ ਵਾਇਰਲ ਹੋਈਆਂ। ਮੈਂ ਤਕਰੀਬਨ ਲਗਭਗ ਮੇਰੇ 1 million ਫੋਲੋਵਰਸ ਹੋ ਗਏ ਸੀ ਟਿਕਟੋਕ ਦੇ ਉੱਤੇ। ਫਿਰ ਮੈਂ ਦੇਰ ਰਾਤ ਇੱਕਦਾਂ
ਕਾਫੀ ਮੈਂ 2 ਸਾਲ 1.5 ਸਾਲ ਮੈਂ ਚਲਾਉਂਦਾ ਰਿਹਾ ਟਿਕਟੋਕ, ਅਤੇ ਇੱਕ ਅਫਵਾਹ ਉੱਡੀ ਕਿ ਟਿਕਟੋਕ ਬੰਦ ਹੋ ਜਾਣਾ ਵਾ, ਅਤੇ ਕਾਫੀ ਤਾਂ ਮੇਰੇ ਦਿਲ ਨੂੰ ਬੜਾ ਡਰ ਲੱਗਾ ਕਿ ਹਾਂ ਟਿਕਟੋਕ, ਮੈਂ ਇਹੋ ਤਾਂ ਇੱਕ ਐਪ ਸੀ ਜਿਹੜਾ ਮੈਨੂੰ ਸਾਰੇ ਲੋਕਾਂ ਨੂੰ ਲੈ ਕੇ ਜਾਂਦਾ ਸਾਰੇ ਲੋਕਾਂ ਕੋਲ, ਜੇ ਇਹੀ ਬੰਦ ਹੋ ਗਿਆ ਤਾਂ ਫਿਰ ਮੈਂ ਤਾਂ ਕੱਖ ਤਾਂ ਨਹੀਂ ਰਹਿ ਜਾਣਾ। ਮੈਂ ਦੇਖਿਆ, ਚਲੋ ਰੌਲਾ ਪੈਂਦਾ ਸੀ, ਮੈਂ ਵੇਖਿਆ ਕਿ ਸ਼ਾਮ ਨੂੰ ਟਿਕਟੋਕ ਨਹੀਂ ਬੰਦ ਹੋਈ, ਫਿਰ ਅਗਲੇ ਦਿਨ ਕਹਿੰਦੇ ਹਾਂ ਬੰਦ ਹੋ ਜਾਣੀ, ਇੱਦਾਂ ਲਗਭਗ ਕਿਉਂਕਿ 1 ਹਫ਼ਤਾ ਚੱਲਦਾ ਰਿਹਾ ਹੋਈ ਖੇਡ ਤਮਾਸ਼ਾ ਕਿ ਹਾਂ ਟਿਕਟੋਕ ਬੰਦ ਹੋ ਜਾਣੀ ਆ। ਤਾਂ ਮੈਨੂੰ ਇਹ ਯਕੀਨ ਹੋ ਗਿਆ ਕਿ ਐਵੇਂ ਲੋਕ ਫਵਾਹ ਮਾਰਦੇ ਟਿਕਟੋਕ 'ਤੇ ਬੰਦ ਹੋਣੀ ਨਹੀਂ ਆ। ਅਤੇ ਇੱਕ ਦਿਨ ਹੋਇਆ ਕਿ ਰਾਤ ਮੈਂ ਬੈਠਾ ਅਤੇ ਕਾਫੀ ਚੈਨਲ ਵਾਲੇ ਵੀ ਕਰਨ ਲੱਗ ਪਏ ਵੀ ਹਾਂ ਅੱਜ ਦੇ ਰਾਤ ਟਿਕਟੋਕ ਬੰਦ ਹੋ ਜਾਣੀ ਆ, ਸਟੇਟਸ ਵੀ ਲੋਕਾਂ ਪਾਉਣੇ, ਸਟੋਰੀਆਂ ਲਾਈਆਂ ਟਿਕਟੋਕ ਅੱਜ ਬੰਦ ਹੋ ਜਾਣੀ। ਅਤੇ ਮੈਂ ਸਮਝਿਆ ਕਿ ਚਲੋ ਐਵੇਂ ਅਫਵਾਹਾਂ ਫੈਲਾਉਂਦੇ ਟਿਕਟੋਕ ਬੰਦ ਬੁੰਦੇ 'ਤੇ ਕੋਈ ਨਹੀਂ, ਰੋਜ਼ 1 ਹਫ਼ਤਾ ਪਹਿਲਾਂ ਵੀ ਇਹ ਰੌਲਾ ਪੈਂਦਾ ਸੀ, ਅੱਜ ਵੀ ਉਹੀ ਆ, ਨਹੀਂ ਬੰਦ ਹੋਣੀ। ਸੋ ਮੈਂ ਇੱਦਾਂ ਵੀਡੀਓ ਦੇਖਦਾ ਮੈਂ ਆਪਣੀਆਂ ਵੀਡੀਓ ਲਾਈਕ ਫੋਲੋਅਰ ਦੇਖ ਰਿਹਾ ਸੀ, ਅਤੇ ਇੱਕਦਮ ਆਈਡੀ ਮੇਰੀ ਬੰਦ ਹੋ ਗਈ। ਇੱਕਦਮ ਮੈਂ ਡਰ ਗਿਆ ਕਿ ਹਾਂ ਸ਼ਾਇਦ ਇਹ ਕੀ ਹੋਇਆ ਵੀ ਇੱਕਦਮ ਆਈਡੀ ਬੰਦ ਹੋ ਗਈ। ਮੇਰੇ ਦਿਲ 'ਚ ਡਰ ਸੀ ਹਾਂ ਵੀ ਟਿਕਟੋਕ ਬੰਦ ਹੋ ਗਈ, ਫਿਰ ਮੈਂ ਇੱਕ ਕਨਫਰਮ ਹੋਣ ਲਈ ਮੈਨੂੰ ਲੱਗਾ ਕਿ ਸ਼ਾਇਦ ਨਹੀਂ, ਵੀ ਮੈਂ ਕਿਹਾ ਵੀ ਨਹੀਂ ਰੋਜ਼ ਰੌਲਾ ਪੈਂਦਾ, ਬੰਦ ਨਹੀਂ ਹੋਣੀ, ਮੇਰਾ ਨੈੱਟ ਖਤਮ ਹੋ ਗਿਆ ਨਾ। ਮੈਂ ਨੈੱਟ ਹੋਟਸਪੋਟ ਆਪਣੇ ਭਰਾ ਦਾ ਫੋਨ ਲਿਆ, ਹੋਟਸਪੋਟ ਔਨ ਕੀਤਾ, ਅਤੇ ਮੈਂ ਦੇਖਿਆ ਕਿ ਨਹੀਂ, ਮੈਨੂੰ ਕਾਫੀ ਇੱਕਦਮ ਬੁਰਾ ਲੱਗਾ ਕਿ ਹਾਂ ਮੈਨੂੰ ਉਹੀ ਗੱਲ ਹੋਈ ਨਹੀਂ, ਟਿਕਟੋਕ ਬੰਦ ਹੋ ਗਈ। ਚਲੋ ਮੈਂ ਕਿਹਾ ਸੋ ਅੱਜ ਹੁਣ ਤਾਂ ਰਾਤ ਆ, ਕੀ ਪਤਾ ਵੈਸੇ ਉੱਦਾਂ ਮੇਰਾ ਨੈੱਟ ਜਾਂ ਉਹਦਾ ਵੀ ਨੈੱਟ ਖਤਮ ਹੋ ਗਏ। ਮੈਂ ਇਸ ਲਈ ਨਹੀਂ ਸੌਂ ਗਿਆ, ਰਾਤ ਸੌਂ ਗਿਆ ਮੈਂ, ਅਤੇ ਸਵੇਰੇ ਮੈਂ ਉੱਠ ਕੇ ਦੇਖਿਆ ਟਿਕਟੋਕ ਬੰਦ ਇੱਕਦਮ। ਉਹ ਰਾਤ ਕਲੈਣੀ ਰਾਤ, ਜਿੱਦਣ ਇੱਕ ਹਿਸਾਬ ਨਾਲ ਇੱਕ ਮੰਨ ਲਓ ਕਿ ਇੱਕ ਮੇਰੀ ਜ਼ਿੰਦਗੀ ਦੇ ਵਿੱਚ ਇੱਕਦਮ ਹਨੇਰਾ ਛਾ ਗਿਆ, ਮੇਰੇ ਜਿਹੜੇ ਅਰਮਾਨ ਸੀ ਸਾਰੇ ਦੱਬ ਗਏ, ਮੈਂ ਫਿਰ ਉਹੀ ਪੁਰਾਣਾ ਦਿਹਾੜੀਦਾਰ ਜਤਿੰਦਰ ਬਣ ਗਿਆ। ਸੋ ਇਹੀ ਮੇਰੀ ਹੱਡ ਬੀਤੀ ਸੀ ਜੋ ਮੈਂ ਤੁਹਾਨੂੰ ਇਸ ਚੈਨਲ ਦੇ ਜ਼ਰੀਏ ਦੱਸਣ ਜਾ ਰਿਹਾ ਸੀ ਕਿ ਇਹ ਤਾਂ ਜ਼ਿੰਦਗੀ ਦੇ ਉਤਰਾਵ ਚੜਾਵ ਆਉਂਦੇ ਰਹਿੰਦੇ ਆ ਬੰਦੇ ਨੂੰ, ਕਦੇ ਵੀ ਇੱਕ ਵੈਂਟੀਲੇਟਰ ਮਸ਼ੀਨ ਹੁੰਦੀ ਆ, ਉਹ ਇੱਕਦਮ ਜੇ ਲਾਈਨ ਨੂੰ ਅੱਪ ਜਾ ਕੇ ਸਿੱਧੀ ਹੋ ਜੇ ਤਾਂ ਬੰਦਾ ਤਾਂ ਵੀ ਮਰ ਜਾਂਦਾ ਵਾ, ਜੇ ਥੱਲੇ ਆ ਕੇ ਸਿੱਧੀ ਹੋ ਜਾਵੇ ਬੰਦਾ ਤਾਂ ਵੀ ਮਰ ਜਾਂਦਾ ਵਾ। ਸੋ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੂੰਗਾ ਕਿ ਜ਼ਿੰਦਗੀ ਦੇ ਵਿੱਚ ਉਤਰਾਵ ਚੜਾਵ ਆਉਂਦੇ ਰਹਿੰਦੇ ਆ, ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ, ਸਾਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ। ਸੋ ਸਾਰਿਆਂ ਦਾ ਥੈਂਕ ਯੂ, ਧੰਨਵਾਦ।